ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਸਿੱਖਾਂਗੇ ਜੀ ਸਲਵਾਰ ਨੂੰ ਬੁਕਰਮ ਲਾਉਣ ਦਾ ਤਰੀਕਾ, ਔਰ ਬਹੁਤ ਹੀ ਸਿੰਪਲ ਜਿਹੇ ਤਰੀਕੇ ਦੇ ਨਾਲ ਮੈਂ ਤੁਹਾਨੂੰ ਦੱਸਿਆ ਹੋਇਆ ਆ। ਔਰ ਜਿਹੜੇ ਮੇਰੇ ਸਟੂਡੈਂਟ ਨੇ ਵੀਡੀਓ ਪੂਰੀ ਦੇਖਣ, ਠੀਕ ਹੈ ਜੀ, ਔਰ ਵੀਡੀਓ ਦੇਖਣ ਤੋਂ ਬਾਅਦ ਮੈਨੂੰ ਫੀਡਬੈਕ ਵੀ ਜ਼ਰੂਰ ਦੇਣ, ਕਮੈਂਟ ਕਰਕੇ ਦੱਸਣ ਕਿ ਤੁਹਾਨੂੰ ਸਮਝ ਲੱਗੀ ਕਿ ਨਹੀਂ ਲੱਗੀ, ਠੀਕ ਹੈ ਜੀ। ਦੇਖੋ ਸਭ ਤੋਂ ਪਹਿਲਾਂ ਆਪਾਂ ਲੈ ਲੈਣਾ ਹੈ ਬੁਕਰਮ, ਔਰ ਜਿੰਨੀ ਲੰਬਾਈ ਆਪਾਂ ਬੁਕਰਮ ਦੀ ਲੈਣੀ ਓਨਾ ਲੰਬਾਈ ਆਪਾਂ ਕੱਪੜਾ ਲੈ ਲਾਂਗੇ। ਔਰ ਕੱਪੜਾ ਜਿਹੜਾ ਆਪਣਾ ਬੁਕਰਮ ਦੇ ਨਾਲੋਂ 2-3 ਇੰਚ ਚੌੜਾਈ ਵਿੱਚ ਜ਼ਿਆਦਾ ਹੋਣਾ ਚਾਹੀਦਾ ਹੈ ਜੀ। ਔਰ ਦੇਖੋ ਇੱਥੋਂ ਆਪਾਂ 1/2 ਇੰਚ ਕੱਪੜਾ ਇੱਕ ਸਾਈਡ 'ਤੇ ਛੱਡਣਾ ਆ, ਔਰ ਇਸ ਤਰੀਕੇ ਨਾਲ ਆਪਾਂ ਬੁਕਰਮ ਦੇ ਉੱਪਰ ਸਿਲਾਈ ਲਗਾ ਲੈਣੀ ਹੈ ਜੀ, ਠੀਕ ਹੈ ਜੀ। ਆਪਣੀ ਇੱਕ ਸਿਲਾਈ ਲੱਗ ਗਈ, ਔਰ ਦੂਜੀ ਸਾਈਡ 'ਤੇ ਆਪਾਂ ਇਸ ਤਰੀਕੇ ਨਾਲ ਫੋਲਡ ਕਰਾਂਗੇ, ਔਰ ਇੱਥੇ ਆਪਾਂ ਲਗਾ ਦਾਂਗੇ ਸਿਲਾਈ। ਔਰ ਗਾਈਸ ਜੇ ਤੁਹਾਡਾ ਸੂਟ ਗਰਮੀਆਂ ਵਾਲਾ ਹੈ, ਪਤਲਾ ਸੂਟ ਆ, ਫਿਰ ਤੁਸੀਂ ਆਪਣਾ ਜਿਹੜਾ ਟਿਕਨ ਆ ਪੂਰਾ ਜਿਹੜਾ ਬੁਕਰਮ ਤੁਹਾਡਾ ਪੂਰਾ ਹੀ ਕਵਰ ਕਰਕੇ ਲਗਾਇਓ, ਠੀਕ ਹੈ ਜੀ। ਮਤਲਬ ਪੂਰੇ ਬੁਕਰਮ ਦੇ ਉੱਤੇ ਆਪਾਂ ਕੱਪੜਾ ਅਟੈਚ ਕਰਨਾ ਆ ਔਰ ਫਿਰ ਲਗਾਉਣਾ ਆ, ਠੀਕ ਹੈ। ਇਹ ਆਪਣਾ ਵੂਲਨ ਦਾ ਕੱਪੜਾ ਸੀ, ਇਸ ਲਈ ਆਪਾਂ ਨੂੰ ਇੰਨੀ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਇਹਦੇ ਵਿੱਚ, ਠੀਕ ਹੈ ਜੀ। ਇਸ ਤੋਂ ਬਾਅਦ ਦੇਖੋ ਆਪਣੀ ਸਲਵਾਰ ਜਿਹੜੀ ਆਪਾਂ ਖੜੀ ਕਰਕੇ ਰੱਖ ਲਈ ਹੋਈ ਆ, ਔਰ ਦੇਖੋ ਆਪਾਂ ਬੁਕਰਮ ਇਸ ਤਰੀਕੇ ਨਾਲ ਨਹੀਂ ਜੋੜਨਾ ਆਪਣਾ, ਠੀਕ ਆ। ਆਪਾਂ 2 ਇੰਚ ਅੱਗੇ ਨੂੰ ਵਧਾ ਕੇ ਅਤੇ ਫਿਰ ਆਪਾਂ ਇਹਨੂੰ ਜੋੜਨਾ ਸਟਾਰਟ ਕਰਨਾ ਆ, ਠੀਕ ਆ। ਆਪਣੀ ਜਿਹੜੀ ਆਪਾਂ ਸਲਵਾਰ ਦੀ ਮੋਰੀ ਰੱਖੀ ਹੋਈ ਆ, ਉਹ ਤੋਂ 2 ਇੰਚ ਦੋਨਾਂ ਸਾਈਡਾਂ ਤੋਂ 2-2 ਇੰਚ ਜਿਹੜਾ ਆਪਣਾ ਟਿਕਨ ਹੈ ਵੱਧ ਹੋਣਾ ਚਾਹੀਦਾ, ਠੀਕ ਆ ਜੀ। ਹਾਂਜੀ ਦੇਖੋ ਆਪਾਂ ਸਿਲਾਈ ਲਗਾ ਲਈ, 2 ਇੰਚ ਦੋਨਾਂ ਸਾਈਡਾਂ ਤੋਂ ਆਪਣਾ ਜਿਹੜਾ ਟਿਕਨ ਹੈ ਉਹ ਵੱਧ ਆ, ਠੀਕ ਆ ਜੀ। ਔਰ ਇਹ ਵੱਧ ਰੱਖਣ ਦਾ ਰੀਜ਼ਨ ਆਪਣਾ ਇਹ ਆ ਕਿ ਜਦੋਂ ਆਪਾਂ ਇਹਨੂੰ ਇਸ ਤਰੀਕੇ ਨਾਲ ਫੋਲਡ ਕਰਾਂਗੇ ਔਰ ਆਪਣੀ ਜਿਹੜੀ ਇਸ ਤਰੀਕੇ ਨਾਲ ਨੁੱਕਰ ਬਣਦੀ ਆ ਉੱਥੇ ਆਪਣਾ ਬਿਲਕੁਲ ਸੈੱਟ ਆਏਗਾ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਲਗਾਉਣੀ ਇੱਥੇ ਕਿਨਾਰੀ ਦੀ ਸਿਲਾਈ, ਬਿਲਕੁਲ ਆਪਾਂ ਕਿਨਾਰੀ 'ਤੇ ਬਰੀਕ ਵਖਾ ਕਰਕੇ ਇੱਥੇ ਆਪਾਂ ਸਿਲਾਈ ਲਗਾਉਣੀ ਹੈ ਜੀ। ਹਾਂਜੀ ਦੇਖੋ ਆਪਣੀ ਇਹ ਸਿਲਾਈ ਲੱਗ ਗਈ। ਇਸ ਤੋਂ ਬਾਅਦ ਦੇਖੋ ਆਪਾਂ ਜਿੱਥੇ ਆਪਣਾ ਬੁਕਰਮ ਖਤਮ ਹੁੰਦਾ ਆ ਇੱਥੇ ਆਪਾਂ ਇੱਕ ਸਿਲਾਈ ਲਗਾ ਲਾਂਗੇ, ਠੀਕ ਹੈ ਜੀ। ਔਰ ਇਹ ਸਿਲਾਈ ਵੀ ਆਪਾਂ ਬਿਲਕੁਲ ਬਰੀਕ ਬਖੇ ਨਾਲ ਲਗਾਉਣੀ ਹੈ, ਠੀਕ ਹੈ ਜੀ। ਔਰ ਜਿੱਥੋਂ ਤੁਹਾਨੂੰ ਸਮਝ ਨਹੀਂ ਲੱਗੀ ਕਮੈਂਟ ਕਰਕੇ ਪੁੱਛ ਵੀ ਸਕਦੇ ਹੋ ਜੀ। ਹਾਂਜੀ ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਇਹ ਜਿਹੜਾ ਐਕਸਟਰਾ ਕੱਪੜਾ ਇਹਦੀ ਆਪਾਂ ਕਰ ਦੇਣੀ ਹੈ ਜੀ ਕਟਿੰਗ। ਹਾਂਜੀ ਦੇਖੋ ਆਪਾਂ ਕਟਿੰਗ ਕਰ ਲਈ। ਇਸ ਤੋਂ ਬਾਅਦ ਆਪਾਂ ਆਪਣੀ ਮਰਜ਼ੀ ਦੇ ਅਕੋਰਡਿੰਗ ਤੁਸੀਂ ਇੱਥੇ ਆਪਣਾ ਜਿਹੜਾ ਪੌਂਚਾ ਭਰ ਸਕਦੇ ਹੋ ਜੀ, ਠੀਕ ਹੈ ਜੀ। ਔਰ ਇਸ ਤੋਂ ਬਾਅਦ ਦੇਖੋ ਆਪਾਂ ਨਾਲੀ ਦੀ ਸਿਲਾਈ ਕਿਵੇਂ ਲਗਾਉਣੀ ਹੈ। ਇੱਥੇ ਆਪਾਂ ਲਗਾਉਣੀ ਹੈ ਆਪਣੀ ਮੋਰੀ ਦੀ ਚੜਾਈ, ਇੱਥੇ ਮੈਂ ਲਗਾਈ ਹੈ ਜੀ 7 ਇੰਚ ਔਰ ਉੱਪਰੋਂ ਲਗਾਇਆ ਮੈਂ 8 ਇੰਚ 'ਤੇ ਨਿਸ਼ਾਨ। ਇਸ ਤਰੀਕੇ ਨਾਲ ਤਰੇਸ਼ ਦੇ ਦਿੱਤੀ, ਤਰੇਸ਼ ਦੇਣ ਤੋਂ ਬਾਅਦ ਦੇਖੋ ਆਪਾਂ ਉੱਪਰ ਤੱਕ ਇਸ ਤਰੀਕੇ ਨਾਲ ਮਿਲਾ ਲਾਂਗੇ, ਬਿਲਕੁਲ ਆਪਣੀ ਇੱਥੇ ਸਿੱਧੀ ਸਿਲਾਈ ਆਉਣੀ ਚਾਹੀਦੀ ਹੈ ਜੀ। ਔਰ ਦੇਖੋ ਇਹਨੂੰ ਆਪਾਂ ਲਗਾਉਣਾ ਹੈ ਆਪਣੀ ਆਸਣ ਦੀ ਸਿਲਾਈ ਤੱਕ, ਜਿੱਥੇ ਆਪਣੀ ਆਸਣ ਦੀ ਸੀਨ ਆ ਗਈ ਉੱਥੋਂ ਤੱਕ ਆਪਾਂ ਇਹ ਸਿਲਾਈ ਲਗਾਉਣੀ ਹੈ, ਠੀਕ ਹੈ ਜੀ। ਹਾਂਜੀ ਫਰੈਂਡਸ, ਤੁਹਾਨੂੰ ਸਾਡਾ ਸਮਝਾਉਣ ਦਾ ਤਰੀਕਾ ਕਿਵੇਂ ਦਾ ਲੱਗਦਾ ਹੈ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ, ਔਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਵੀ ਜ਼ਰੂਰ ਕਰਿਆ ਕਰੋ ਜੀ, ਠੀਕ ਹੈ ਜੀ। ਹਾਂਜੀ ਦੇਖੋ ਆਪਾਂ ਆਸਣ ਤੱਕ ਪਹੁੰਚ ਗਏ, ਔਰ ਦੇਖੋ ਇਹ ਹੈ ਜੀ ਆਪਣਾ ਆਸਣ, ਆਸਣ ਦੀ ਸਿਲਾਈ ਆ। ਹਾਂਜੀ ਇੱਥੋਂ ਤੱਕ ਆਪਾਂ ਸਿਲਾਈ ਲਗਾ ਲਈ, ਇਹ ਤੋਂ ਬਾਅਦ ਦੇਖੋ ਆਪਾਂ ਜਿਹੜੀ ਸਿਲਾਈ ਕੱਢ ਲਾਂਗੇ ਬਾਹਰ, ਔਰ ਆਪਾਂ ਦੂਸਰੇ ਪਹੁੰਚੇ ਤੋਂ ਹੁਣ ਆਪਾਂ ਸਿਲਾਈ ਲਗਾਉਣੀ ਸਟਾਰਟ ਕਰਨੀ ਆ ਸੇਮ ਤਰੀਕੇ ਦੇ ਨਾਲ ਹੀ। ਦੇਖੋ ਮਾਰਕਿੰਗ ਆਪਾਂ ਕਰ ਲਈ ਹੋਈ ਆ, ਔਰ ਦੇਖੋ ਇਹ ਤੋਂ ਬਾਅਦ ਆਪਾਂ ਬਿਲਕੁਲ ਸਿੱਧੀ ਸਿਲਾਈ ਖੜਨੀ ਹੁੰਦੀ ਆ, ਠੀਕ ਆ। ਹਾਂਜੀ ਬਿਲਕੁਲ ਆਪਾਂ ਸਿੱਧੀ ਸਿੱਧੀ ਇੱਥੇ ਸਿਲਾਈ ਲਗਾ ਲੈਣੀ ਆ। ਔਰ ਫਰੈਂਡਸ, ਅਗਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰੀ ਦੇਖ ਰਹੇ ਹੋ, ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਔਰ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਜੀ, ਠੀਕ ਹੈ ਜੀ। ਦੇਖੋ ਹੁਣ ਆਪਾਂ ਆਸਣ ਤੱਕ ਪਹੁੰਚ ਗਏ, ਹੁਣ ਆਪਾਂ ਥੋੜ੍ਹੀ ਜਿਹੀ ਸਿਲਾਈ ਇੱਥੇ ਪੱਕੀ ਕਰ ਦਾਂਗੇ 3-4 ਇੰਚ ਤੱਕ। ਹਾਂਜੀ ਫਰੈਂਡਸ, ਦੇਖੋ ਆਪਾਂ 2-3 ਵਾਰਾਂ ਇੱਥੇ ਮਸ਼ੀਨ ਨੂੰ ਟਰਨ ਕਰਕੇ ਆਪਾਂ ਸਿਲਾਈ ਪੱਕੀ ਕਰ ਲਈ ਹੋਈ ਆਸਣ ਦੀ। ਇਸ ਤੋਂ ਬਾਅਦ ਦੇਖੋ ਆਪਾਂ ਜਿਹੜਾ ਆਪਣਾ ਪਹੁੰਚਾ ਆ ਉਹਦੇ ਉੱਤੇ ਦੇਖੋ ਆਪਾਂ 1/2 ਇੰਚ ਕੱਪੜਾ ਛੱਡਣਾ ਹੈ, ਔਰ ਬਾਕੀ ਸਾਰਾ ਐਕਸਟਰਾ ਕੱਪੜਾ ਜਿਹੜਾ ਆਪਾਂ ਕਟਿੰਗ ਕਰ ਲਾਂਗੇ। ਹਾਂਜੀ ਦੇਖੋ ਆਪਾਂ ਕਟਿੰਗ ਕਰ ਲਈ, ਇਸ ਤਰੀਕੇ ਨੇ ਆਪਾਂ ਦੂਜੀ ਸਾਈਡ ਤੋਂ ਵੀ 1/2 ਇੰਚ ਕੱਪੜਾ ਰੱਖਣਾ ਆ, ਔਰ ਬਾਕੀ ਜਿਹੜਾ ਐਕਸਟਰਾ ਕੱਪੜਾ ਉਹਦੀ ਕਰ ਦੇਣੀ ਆਪਾਂ ਕਟਿੰਗ, ਠੀਕ ਹੈ ਜੀ। ਔਰ ਇਸ ਤਰੀਕੇ ਨਾਲ ਤੁਸੀਂ ਕਟਿੰਗ ਕਰੋਗੇ ਤੁਹਾਡੀ ਜਿਹੜੀ ਸਲਵਾਰ ਆ ਬਹੁਤ ਪਰਫੈਕਟ ਬੈਠੇਗੀ, ਠੀਕ ਹੈ ਜੀ। ਆਪਣੀ ਸਲਵਾਰ ਬਣ ਕੇ ਤਿਆਰ ਆ ਜੀ। ਤੁਹਾਨੂੰ ਸਾਡਾ ਇਹ ਤਰੀਕਾ ਕਿਵੇਂ ਦਾ ਲੱਗਾ ਬੁਕਰਮ ਲਗਾਉਣ ਦਾ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ।